ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਚੱਠਾ, ਤਹਿਸੀਲ ਬਟਾਲਾ ਅਤੇ ਜ਼ਿਲ੍ਹਾ ਗੁਰਦਾਸਪੁਰ, ਜਤਿੰਦਰ ਵੀਰ ਕੋਲ ਅੱਜ ਆਪਾਂ ਆਏ ਹਾਂ। ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਚੰਗੀਆਂ ਝੋਟੀਆਂ, ਤੁਹਾਨੂੰ ਸੋਹਣੀਆਂ ਸੁਨੱਖੀਆਂ ਝੋਟੀਆਂ ਤੁਹਾਨੂੰ ਦਿਖਾਉਣੀਆਂ ਵਾ, ਅਤੇ 2 ਗਾਵਾਂ ਜਿਹੜੀਆਂ ਤੁਹਾਨੂੰ ਦਿਖਾਵਾਂਗੇ, ਮੱਝਾਂ ਦੇ ਟੋਟਲ 5 ਹੀ, ਅਤੇ ਇੱਕ ਆਉਣ ਤੋਂ ਪਹਿਲਾਂ ਜਿਹੜੀ ਵੇਗੀ ਆ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ, ਹੋਰ ਸੁਣਾ ਠੀਕ ਠਾਕ ਜੀ? ਵਧੀਆ ਜੀ, ਵਧੀਆ। ਚਲੋ ਵਧੀਆ ਚਾਹੀਦਾ ਜੀ, ਵੇਖ ਗਿਆ ਮਾਲ ਪਰਸੋਂ ਵਾਲਾ? ਫਿਰ ਹਾਂਜੀ ਵੇਖ ਗਿਆ ਜੀ। ਠੀਕ ਆ, ਕੱਲ੍ਹ ਬੜੀ ਦੂਰ ਪਹੁੰਚੇ ਸੀ। ਹਾਂਜੀ ਹਾਂਜੀ ਵੀਰ ਜੀ, ਉੱਧਰੋਂ ਲਿਆਂਦੀਆਂ ਝੋਟੀਆਂ, 4 ਲਿਆਂਦੀਆਂ, ਇੱਕ ਦੇ ਵਿੱਚ ਜੀ 3 ਝੋਟੀਆਂ ਹੈਗੀਆਂ ਕੋਲ। ਕਿੱਥੋਂ ਲਿਆਂਦੀਆਂ ਕੱਲ੍ਹ? ਇਹ ਸਾਰੋਂ ਲਿਆਂਦੀਆਂ। ਅੱਛਾ ਜੀ, ਸਾਰ ਹਰਿਆਣੇ ਗਏ, ਕੱਲ੍ਹ ਖਰਾਬ ਹੀ? ਬਾਕੀ ਵੀਰ ਜੀ ਕਹਿਣ ਦੀ ਨਹੀਂ ਗੱਲ, ਅੱਛਾ ਕੋਈ ਵੇਖਣ ਨਾਲ ਫਰਕ ਕਰਨ ਨਾਲ ਵੀਰ ਹੋਊਗਾ, ਆਪੇ ਬਰਸ ਆ ਜੂਗੀ। ਠੀਕ ਆ, ਉੱਧਰੋਂ ਲਈਆਂ ਤੇ ਲਈਆਂ ਜੀ, ਇੱਧਰੋਂ ਲੈ ਕੇ ਵੇਚੀਆਂ, ਕਿਹਦੇ ਵੇਚੀਆਂ ਆ? ਠੀਕ ਆ ਵੀਰ ਜੀ, ਪਹਿਲਾਂ ਕੱਟੀ ਆ। ਠੀਕ ਆ, ਅੱਜ ਮਤਲਬ ਕਿ ਹੁਣ ਹਰਿਆਣੇ ਦਾ ਮਾਲ ਪਾਇਆ ਕਰਨਾ ਕਿ? ਹਾਂ ਜੀ, ਚਲੋ ਲਵਾਂਗੇ, ਇਧਰੋਂ ਵੀ ਲਿਆ ਕਰਾਂਗੇ। ਨਹੀਂ, ਅੱਛਾ, ਮਿਕਸ ਵੈਰਾਈਟੀ ਚੱਲਿਆ ਕਰੂਗੀ, ਜਿੱਦਾਂ ਦਾ ਭਾਅ ਹੀ ਲੈਣਾ ਵੀਰ ਜੀ। ਠੀਕ ਆ, ਚਲੋ ਨਾਮ ਦੱਸਦੇ ਇੱਕ। ਜਤਿੰਦਰ ਸਿੰਘ, ਪਿੰਡ ਚੱਠਾ, ਤਹਿਸੀਲ ਬਟਾਲਾ, ਜ਼ਿਲ੍ਹਾ ਗੁਰਦਾਸਪੁਰ। ਤੇ ਫੋਨ ਨੰਬਰ ਬੋਲਦੇ ਇੱਕ? 5862727। ਠੀਕ ਆ, ਚਲੋ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ ਝੋਟੀ ਆ, ਝੋਟੀ ਸਹੀ ਹੈ ਵੀਰ ਜੀ, ਬਹੁਤ ਸਾਡੇ ਕੋਲ ਡਰੇ ਭਾਏ, ਇੰਨੀ ਠੰਡੀ ਝੋਟੀ ਆ, ਬੱਚਾ 4-5 ਦਿਨ ਹੋਏ ਸੀ। ਆਹ ਬੱਚਾ ਹੈ, ਮਗਰ ਇਹਦੇ ਕੱਟਾ ਜੇ, ਕੱਟਾ ਵੀ ਜਿਹੜਾ ਵਾ ਹਾਈਟ ਲੈਂਥ ਕੱਟੇ ਦੀ ਵੀ ਚੰਗੀ ਆ, ਚੰਗੀ ਨਸਲ ਜਾਤ ਦਾ ਕੱਟਾ ਵਾ। ਬਾਕੀ ਮੱਝਾਂ ਵੀ ਸਾਰੀਆਂ ਵੱਡੇ ਕੱਦ ਕਾਠ ਵਾਲੀ। ਕੋਈ ਬੱਚਾ ਨਾ ਵੇਖੋ, ਐਡਾ ਮੈਂ ਤੁਹਾਨੂੰ ਬਿਠੇ ਰੋ। ਠੀਕ ਆ, ਬਾਕੀ ਜਵਾਕ ਦਾ ਮੋਟਰਾਂ ਲੱਗੀਆਂ ਆ। ਬਾਕੀ ਆਹ ਦੇਖ ਸਕਦੇ ਜੇ ਸਾਡਾ ਕੈਮਰਾ, ਉਹਦਾ ਇਸ ਤਰ੍ਹਾਂ ਹੀ ਭਾਵੇਂ ਥੱਲੇ ਪੈ ਜੇ। ਠੀਕ ਆ ਜੀ, ਹੁਣੇ ਵੇਖੋ ਪਤਾ ਲੱਗੀ ਬੱਚਾ ਵੀਰ ਜੀ। ਬਾਕੀ ਚੰਗੇ ਪਿੱਠ ਪੁੜੇ ਦੀ ਆ, ਚੰਗੇ ਕੱਦ ਕਾਠ ਦੀ ਆ। ਕਿੰਨਾ ਚਿਰ ਹੋਇਆ ਵੀਰ ਜੀ ਸੂਈ ਨਾ? ਸੂਈ ਨਾ ਵੀਰ ਜੀ 4-5 ਦਿਨ ਹੋ ਗਏ ਆ। ਅੱਛਾ, 16-17 ਕਿਲੋ ਝੋਟੀ ਸਾਡੇ ਦੁੱਧ 2 ਡੰਗ ਚੋਗੇ ਲਿਆਂਦਾ। ਅੱਛਾ, ਸਾਡੇ ਘਰੇ ਆਣ ਕੇ ਝੋਟੀ ਰਾਤ ਦੀ ਆਈ, ਆਣ ਕੇ ਪੱਠੇ ਘੱਟ ਘੁੱਟ ਖਾਧੇ ਆ। ਅੱਛਾ, ਤੇ ਉੱਪਰੇ ਥਾਂ ਪੈਣੇ ਚ ਆਈਆਂ ਡੰਗਰ ਕਿਲੋ, ਉਹਦਾ ਫਰਕ ਮਾਰ ਜਾਂਦਾ। ਝੋਟੀ ਜਿਹੜੀ 14 ਲੀਟਰਾਂ ਦੇ ਦੇਣੀ ਆ। 14 ਲੀਟਰ ਦੁੱਧ ਘਰ ਚਵਾ ਕੇ ਦੋਗੇ? ਬਿਲਕੁਲ ਹਾਂਜੀ, ਦੁੱਧ 17 ਕਿਲੋ ਹੀ ਆ ਝੋਟੀ ਥੱਲੇ। ਤੇ ਉਤਰਾ ਕਿੰਨਾ ਦੁੱਧ ਚਵਾਈ ਜਾਊਗੀ? 17-18 ਕਿਲੋ ਝੋਟੀ ਰਮਾਨਾ ਚਾਹੋਗੇ, ਸਿਆ ਵਾਲਾ ਵੀਰ ਲੈ ਲਓ, ਝੋਟੀ ਦੇਖੋ ਕੀ ਚੀਜ਼ ਵੀ ਆ। ਠੀਕ ਆ, ਬਾਕੀ ਕਾਫੀ ਖੂਬਸੂਰਤ ਝੋਟੀ ਆ ਜਿਹੜੀ, ਚੰਗੀਆਂ ਜਵਾਨ ਝੋਟੀਆਂ ਵਾ, ਇਹ ਵੀ ਨਹੀਂ ਕਿ ਜਾਂ ਛੋਟੇ ਕੱਦ ਵਾਲੀਆਂ ਵਾ। ਬਾਕੀ ਵੀਡੀਓ ਬਣਾਉਂਦਾ ਟਾਈਮ ਅਜੇ ਦੁਪਹਿਰ ਦਾ ਵਾ, ਕੋਈ ਵੀਰ ਉਸ ਹਿਸਾਬ ਨਾਲ ਹਵਾਨੇ ਦਿੰਦਾ ਜਦੋਂ 12 ਵਜੇ ਦੇ ਲਾਗੇ, 12-1 ਦੇ ਵਿੱਚ ਦਾ ਟਾਈਮ ਹੈ ਤਕਰੀਬਨ, ਕੋਈ 1:15 ਦੇ ਲਾਗੇ ਬੰਨੇ ਦਾ ਟਾਈਮ। ਦੇਖੋ ਬੱਚਾ ਕਰਦਾ, ਝੋਟੀ ਵੱਡੀ ਤੇ ਬੱਚਾ ਦੇਖੋ ਵੀਰ ਜੀ। ਹਾਂ ਦੇਖ ਸਕਦੇ ਹਵਾਨਾ ਇਹਦਾ ਲਾਗੇ ਤਾਂ। ਥੋੜਾ ਡਰਦੀਆਂ ਵਾ, ਬਾਕੀ ਕੋਈ ਵੀਰ ਆਪਣੀ 2 ਟਾਈਮ ਸਵਾਈ ਕਰਕੇ ਖੜੇ। ਤੇ ਆਹ ਕੱਟਾ ਵੀ ਆਪਾਂ ਦੇਖ ਸਕਦੇ ਹਾਂ, ਕੱਟੇ ਦੀ ਵੀ ਹਾਈਟ ਲੈਂਥ ਚੰਗੀ ਆ। ਤੇ ਆਹ ਹਵਾਨਾ ਜਿਹੜਾ ਲਾਗੇ ਤੋਂ ਦੇਖ ਸਕਦੇ, ਸ਼ਾਮ ਤੱਕ ਆਪਣੇ ਦੁੱਧ ਦੇ ਹਿਸਾਬ ਨਾਲ ਹਵਾਨਾ ਤਿਆਰ ਕਰੂਗੀ। ਕਿੰਨਾ ਰੱਖਣਾ ਵਿਧੀ ਇਹਦਾ ਮੁੱਲ ਆਪਾਂ? ਮੁੱਲ ਵੀਰ ਜੀ ਝੋਟੀ ਦੁੱਧ ਜਿਹੜਾ 12 ਕਿਲੋ, ਅੱਜ ਆੜੀ ਵੇਗੀ ਠੀਕ ਆ ਨੀ, ਹਾਂਜੀ ਸ਼ਾਮ ਕੇ ਵੇਚਾਂਗੇ। ਠੀਕ, ਝੋਟੀ ਵੇਚਾਂਗੇ 1.5 ਲੱਖ ਦੀ। ਅੱਛਾ, ਅੱਜ ਮੁੱਲ ਜਿਹੜਾ ਵੀਰ ਜੀ 1.25 ਆ। ਵਿੱਚੋਂ ਕਰਨਾ ਮਾਨਤਨ?
ਬਾਕੀ ਆਪਾਂ ਦੇਖ ਸਕਦੇ ਰੱਜੀਆਂ ਵੀ ਨੀ ਪੂਰੀਆਂ, ਢਿੱਡ ਨੀ ਪੂਰੇ ਭਰੇ ਇਹਨਾਂ ਨੇ, ਕੱਲ ਸਫ਼ਰ ਚੋਂ ਆਈਆਂ ਜਿਹੜੀਆਂ। ਪਹਿਲਾ ਸੂਰਾ ਕੱਦ ਕਾਠ ਜਿਹੜਾ ਆਹ ਵਾਲੀ ਮੱਝ ਨਾ ਵਿੱਚ ਆ। ਤੈਨੂੰ ਕਿੰਨਾ ਚਿਰ ਹੋਇਆ ਸੂਈ ਨਾ? ਇਹਦੇ ਕੋਲ ਦੁੱਧ ਕਿੰਨਾ ਤਿਆਰ ਜੇ? ਅੱਛਾ, ਤੇ ਕਿੰਨਾ ਦੁੱਧ ਚਵਾਈ ਜਾਊਗੀ? 13 ਕਿਲੋ ਦੇ ਗਰੀਬ ਇਹ ਵੀ ਜਿਹੜਾ ਕਹਿੰਦੇ ਕਿ ਚਵਾਈ ਜਾਊਗੀ। ਇਹ ਵੀ ਠੰਡੀ ਧੇਰੀ ਆ ਜਿਹੜੀ, ਇਸ ਤਰ੍ਹਾਂ ਹੀ ਥੱਲੇ ਪੈ ਜਾਣਾ ਇਹਦੇ ਵੀ। ਬਾਕੀ ਚੰਗੇ ਕੱਦ ਕਾਟਦੀ ਆ ਵੀ, ਤੇ ਪਿੱਠ ਪੁੜੇ ਦੇ ਵੀ ਚੰਗੀ ਆ। ਬਾਕੀ ਖਾਂਦੇ ਵੀਰ ਜੀ ਤੁਸੀਂ? ਅੱਛਾ ਜੀ, ਹਾਂ ਦੇਖ ਸਕਦੇ ਹਵਾਨੇ ਦੋਵਾਂ ਦੇ ਆਪਾਂ ਲਾਗੇ ਤੋਂ ਦੇਖ ਸਕਦੇ ਹਾਂ, ਤੇ ਠੰਡੀਆਂ ਧੇਰੀਆਂ ਪੂਰੀਆਂ ਵਾ ਜਿਹੜੀਆਂ। ਹਾਂ ਪ੍ਰੋਪਰ ਇਹਦੇ ਵੀ ਲਾਗੇ ਤੋਂ ਦੇਖ ਸਕਦੇ ਜੀ। ਬਾਕੀ ਬੇਲ ਵੀ ਪੂਰੀ ਆ ਤੇ ਕੱਦ ਕਾਠ ਵੀ ਪੂਰਾ ਆ। ਇਹਦੇ ਮਗਰ ਕੱਟੀ ਆ ਜਿਹੜੀ, ਬਾਕੀ ਮਗਰ ਕੱਟੇ ਆ। ਟੋਟਲ 4 ਮੱਝਾਂ ਵਿਖਾਉਣੀਆਂ, 2 ਮਗਰ ਕੱਟੇ ਆ, 2 ਮਗਰ ਕੱਟੀਆਂ। ਬਿਲਕੁਲ ਛੋਟਾ ਸਿੰਘ ਆ, ਕੋਈ ਸਿੰਘ ਨਾ ਬਣਿਆ ਹੋਊਗਾ ਕਦੇ। ਠੀਕ ਆ, ਹਾਂ ਦੇਖ ਸਕਦੇ ਜੀ ਮੋਹਰਾ ਦੀ ਛੋਟੀ ਆ ਜਿਹੜੀ ਇਹ ਵੀ। ਬਾਕੀ ਖੜੇ ਕੋਈ ਚੰਗੀ ਸਾਂਭ ਵਾਲਾ, ਦੁੱਧ ਚੰਗਾ ਚਵਾਈ ਜਾਊਗੀ। ਬਾਕੀ ਆਈਆਂ ਚੰਗੀ ਸਾਂਭ ਵਾਲੀ ਜਗ੍ਹਾ ਤੋਂ ਵਾ, ਬਸ ਇਹ ਆ ਕਿ ਅੱਜ ਥੋੜੀਆਂ ਢਿੱਡ ਢੁੱਡ ਨਹੀਂ ਭਰੇ ਇਹਨਾਂ ਨੇ, ਪੂਰੇ ਰੱਜੀਆਂ ਨੇ। ਬਾਕੀ ਦੁਪਹਿਰ ਦਾ ਟਾਈਮ ਆ ਵੀਡੀਓ ਬਣਾਉਣ ਦਾ, ਉਸ ਹਿਸਾਬ ਨਾਲ ਕੋਈ ਵੀਰ ਹਵਾ ਨਹੀਂ ਦਿੰਦਾ ਅੱਜ ਲਾਵੇ। ਕਿੰਨਾ ਰੱਖਣਾ ਵੀਰ ਜੀ ਇਹਦਾ ਮੁੱਲ ਆਪਾਂ? ਹਾਂਜੀ, ਭਾਵੇਂ ਫਿਰ ਥੱਲੇ ਬਹਿ ਜਾਓ ਇਸ ਤਰ੍ਹਾਂ ਹੀ। ਠੀਕ ਹੈ, ਚਲੋ ਦੱਸੀਏ ਮੁੱਲ ਇਹਦਾ ਫਿਰ ਆਪਾਂ। ਇੱਕ 15 ਵਿੱਚੋਂ ਕਰੀਏ ਕੁਛ ਮਾਨਤਾ ਨਾ, 5 ਹੀ ਛੱਡ ਦਈਏ ਇਹਦਾ ਫਿਰ। ਚਲੋ ਕੱਟੀ ਦਿਖਾ ਦਈਏ ਇਹਦੀ। ਆਹ ਕੱਟੀ ਜੇ, ਕੱਟੀ ਦੀ ਵੀ ਹਾਈਟ ਲੈਂਥ ਹੁਣ ਤੋਂ ਹੀ ਚੰਗੀ ਪੂਰੀ ਤਾਜ਼ੀ ਸੂਈ ਆ, ਮਗਰ ਕੱਟੀ ਵੀ ਚੰਗੀ ਸਾਂਭਣ ਵਾਲੀ ਆ। ਤੇ ਆਹ ਬਾਕੀਆਂ ਦੇ ਬੱਚੇ, ਇਹਨਾਂ 'ਚ ਆਹ ਮੱਝ ਇੱਕ ਤਾਜ਼ੀ ਸੂਈ ਹੈ ਕੱਲ੍ਹ ਦੀ, ਉਹਦਾ ਬੱਚਾ ਵਾ, ਇੱਕ ਆ ਵੀ ਕੱਟਾ ਜਿਹੜੀ ਹੁਣ ਮੱਝ ਦਿਖਾਉਣ ਲੱਗੀ। ਇਹਦੇ ਕੋਲ ਵੀਰ ਜੀ ਕਿੰਨਾ ਹੀ ਦੁੱਧ ਤਿਆਰ? ਹੁਣ ਵੀ ਕਹਿੰਦੇ ਕਿ 10-11 ਲੀਟਰ ਜਿਹੜਾ ਚਵਾ ਦਾਂਗੇ, ਬਾਕੀ ਸਫ਼ਰ 'ਚ ਆਈਆਂ ਵਾ। ਇਹ ਵੀ ਠੰਡੀ ਧੇਰੀ ਇਸ ਤਰ੍ਹਾਂ ਹੀ ਆ। ਠੀਕ ਆ ਠੀਕ ਆ, ਤੇ ਇਹ ਵੀ ਜੀ ਕਿੰਨਾ ਕੁ ਦੁੱਧ ਚਵਾਈ ਜਾਊਗੀ? ਠੀਕ ਆ, ਤੋਰੋ ਹਾਂ ਫਿਰ ਇੱਕ ਕਰੀ ਇਹਨਾਂ ਨੂੰ।
ਸਣਾ ਦਾ ਸਾਈਜ਼ ਗੈਪ ਆਪਾਂ ਦੇਖ ਸਕਦੇ ਹਾਂ, ਕਾਫੀ ਚੰਗਾ ਤੇ ਮਿਲਕ ਮੈਨੂੰ ਵੀ ਚੰਗੀ ਲੱਗੀ ਹੈ। ਬਾਕੀ ਇਹ ਵੀ ਜਿਹੜੀ ਪੂਰੀ ਜਵਾਨ ਝੋਟੀ ਆ, ਕੱਦ ਕੱਠ ਪੱਖਾਂ ਵੀ ਤਿੰਨੇ ਜਿਹੜੀਆਂ ਇੱਕੋ ਜਿਹੀਆਂ ਹੀ। ਬਾਕੀ ਇਹ ਆ ਕਿ ਕੋਈ ਚੰਗੀ ਸਾਂਭ ਵਾਲਾ ਕੋਈ ਖੜੂਗਾ ਤੇ ਦੁੱਧ ਚੰਗਾ ਕੱਢੀ ਜਾਣਾ ਇਹਨਾਂ ਨੇ, ਸਟਰਕਚਰ ਜਿਹੜੇ ਚੰਗੇ ਇਹਨਾਂ ਦੇ। ਤੇ ਇਹਦਾ ਕਿੰਨਾ ਰੱਖਣਾ ਵੀਰ ਜੀ ਮੁੱਲ? ਠੀਕ ਆ, ਤੇ ਲੱਖ ਚੋਂ ਕਰਨਾ ਕੋਈ ਮਾਨ ਤਾਨ? ਕਿੰਨਾ ਕੁ? ਜਿੰਨਾ ਕਹੋਗੇ। 2000 ਛੱਡ ਦਈਏ? ਅੱਛਾ, 90000 ਦੀ ਦੇ ਦੋਗੇ? 60000 ਦੀ। ਠੀਕ ਆ, ਤੇ ਦੁੱਧ ਜਿਹੜਾ ਵਾ ਇਹ ਵੀ ਚੰਗਾ ਚੋਇਸ ਜੀ, 13-12 ਕੋਲ ਹੈਗਾ ਸੀ। ਅੱਛਾ, ਕਿਉਂਕਿ ਉਹ ਪਰਾਈਆਂ ਮਈਆਂ ਨੇ ਅੰਗੇ ਖਾਦਾ ਕੱਖ ਨਹੀਂ, ਨਾ ਇਹਨਾਂ ਕੋ ਵੰਡ ਖਾਦਾ, ਨਾ ਇਹਨਾਂ ਪੱਠੇ ਖਾਦੇ ਆ। ਠੀਕ ਆ, ਪਾਣੀ ਪੂਣੀ ਪੀਤੇ ਆ। ਠੀਕ ਆ, ਹੁਣ ਦੁੱਧ ਘੜਨਾ ਦਿਹਾੜੀ। ਹਾਂਜੀ ਹਾਂਜੀ, ਪਰਾਈਆਂ ਹੁਣ ਫੇਰ ਗਾਹ ਚੱਲ ਜਾਣੀਆਂ ਆ। ਠੀਕ ਆ, ਪਰ ਦਾਦਾ ਬਾ ਡੰਗਰ ਦਿਹਾੜੀ ਖਲੋਵੇ ਤੇ ਫੇਰ ਹੀ ਮੰਨਦਾ। ਆਹੋ, ਤੇ ਫਿਰ ਫਰਕ ਡੰਗਰ ਦਾ ਤੁਰਿਆ ਫਿਰਨਾ, ਘੜੀ ਘੜਨਾ ਦਿਹਾੜੀ ਦੁੱਧੋ, ਜਿੱਥੇ ਬਿਲਕੁਲ ਖਲੋਤੀਆਂ ਉੱਥੇ ਇਹਨਾਂ ਉੱਥੇ ਆਉਣਾ ਵੀ ਦੋਵਾਂ ਚੋਵਾਂ ਦਿਨਾਂ ਦੀ ਤੇ ਮਨ ਧਰੇ। ਹਾਂਜੀ ਹਾਂਜੀ, ਬਾਕੀ ਵੀ ਦੇਣਗੇ ਦੁੱਧ ਦੇ ਬਰੀਡ ਵਾਲੀਆਂ ਝੋਟੀਆਂ ਆ। ਠੀਕ ਆ, ਹੁਣ ਇੱਕ ਆਹ ਇੱਧਰ ਦੀ ਆ, ਹੁਣ ਇਹ ਇੱਧਰ ਦੀ, ਇਹ ਕੱਲ ਦੀ ਸੂਈ ਜੀ, ਇਹ ਕੱਲ ਦੀ ਸੂਈ ਆ, ਇਹਦੇ ਕਟਾ ਜੇ ਇਹ ਕੋਈ ਵੀ ਬੋਲੇ 7-8 ਕਿਲੋ ਹੋਊਗਾ। ਲਿਆਓ ਤੋਰੋ ਹੈ ਨਾ 10000 ਰਕਮ ਜੋੜੀ ਚ ਵਾਜੂ। ਇਹ ਦੂਸਰਾ ਸੁਬਾ ਸੋਈ ਹੈ, ਇਹਦੇ ਮਗਰ ਵੀ ਕੱਟੀ ਹੈ। ਅੱਛਾ, ਇਹਦੇ ਮਗਰ ਵੀ ਕੱਟਾ ਹੈ। ਬਾਕੀ ਥਣ ਕਾਫੀ ਪਿਆਰਾ ਇਹਦੇ ਕੋਲ ਵੀ, ਬਾਕੀ ਇਹਦਾ ਕੱਦ ਉਹਨਾਂ ਨਾਲ ਛੋਟਾ ਵਾ, ਉਹ ਤੇ ਫਿਰ ਚੰਗੇ ਕੱਦ ਕਾਠ ਵਾਲੀਆਂ। ਇਹ ਨੋਰਮਲ ਜਿਹੜੀ ਇੱਧਰ ਦੀ ਮੱਝ ਆ। ਵਿੱਚੋਂ ਕਰਨਾ ਮਾਨ ਤਨ? 62 ਦੀ ਦੇ ਦਈਏ? ਦੇ ਦਾਂਗੇ। ਠੀਕ ਹੈ ਜੀ। ਤੇ ਆ ਵੀ ਕੀ ਆ ਮੱਝ? ਚਲੋ ਪਹਿਲਾਂ ਗੱਪਣ ਦਿਖਾ ਦਈਏ। ਠੀਕ ਆ, ਠੀਕ ਆ, ਪਹਿਲਾਂ ਨੇ 15 ਕਿਲੋ ਚ ਆਇਆ ਆ। ਠੀਕ ਆ, ਹੈਗੀ ਜਰਸੀ ਕ੍ਰੋਸ ਚ ਆਏ ਹਨਾ, ਕਿੰਨਾ ਦੁੱਧ ਚਵਾਈ ਜਾਊਗੀ? 16-17 ਕਿਲੋ ਵੱਛੀ ਜਾਊਗੀ। ਠੀਕ ਹੈ, ਤੋਰੋ ਹੈ ਕਰੀ ਖਾਣੇ ਤੋਂ ਕਿੰਨਾ ਲੱਗਾ ਵੱਛੀ ਲੈ ਲੈਣੇ ਪਾਚਾ ਦਾ ਖਾਣਾ ਦੀ ਪਿੱਛੇ ਦੀ ਸਾਡੀ ਗਾਰੰਟੀ ਹੋਊਗਾ ਭਾਜੀ। ਠੀਕ ਹੈ ਜੀ, ਬਾਕੀ ਅਜੇ ਸੂਨ ਤੱਕਰ ਤਿਆਰ ਹੋਣੀ ਹੈ ਵੀ, ਜਰਸੀਆਂ ਦੇ ਹਿਸਾਬ ਨਾਲ ਕੱਦ ਕਾਠ ਇਹਦਾ ਉੱਚਾ ਵਾ, HF ਕਾਵਾਂ ਵਰਗੇ ਕੱਦ ਆ ਜਿਹੜਾ ਇਹਦਾ। ਤੇ ਕਿੰਨਾ ਰੱਖਣਾ ਇਹਦਾ ਮੁੱਲ ਵਿੱਚ? ਕਿੰਨਾ ਮੁੱਲ ਰੱਖਣਾ ਇਹਦਾ? 45000 ਆ। ਛੋਟ ਛਾਟ ਕਰਨੀ ਵਿੱਚੋਂ? ਠੀਕ ਆ, ਕਿੰਨੀ? 40000 ਦੀ ਦੇ ਦਿਓ। ਠੀਕ ਆ,
ਕਿਹੜਾ ਬੱਚਾ ਜਿਹੜਾ ਅੱਛਾ ਉਧਰ ਬੰਨਿਆ ਵਾ ਤੋਰੋ ਇੱਕ ਵਾਰੀ ਪੱਕਾ ਦੁੱਧ ਬਿਲਕੁਲ ਕੰਡੇ ਵਾਲਾ ਕਿੰਨਾ ਜੀ ਠੀਕ ਹੈ ਬਾਕੀ ਜਿਹੜੀਆਂ ਸੂਈਆਂ ਸਵਾਈਆਂ ਵਾ ਦਾਲ ਸਾਰੀਆਂ ਅੱਜ ਸੂਈਆਂ ਹੀ ਆ ਇੱਕੋ ਹੀ ਗੱਬਣ ਆ ਉਹ ਤੁਸੀਂ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਖੜਨੀ ਆਪਣੀ ਸਮਝਣਾ ਵੇਸ ਚਾਹ ਕੇ ਲੈ ਜਾਓ ਬੰਦ ਹੋ ਜੀ ਕਿੰਨਾ ਰੱਖਣਾ ਇਹਦਾ ਮੁੱਲ ਵੀਰ ਜੀ ਫਿਰ ਬਹੁਤ ਬਹੁਤ ਧੰਨਵਾਦ ਜੀ ਬਾਕੀ ਇੱਥੇ ਆਓ ਆਪਣੀ ਦੋ ਟਾਈਮ ਚਵਾਈ ਕਰੋ ਤਿੰਨ ਟਾਈਮ ਚਵਾਈ ਕਰੋ ਜੇ ਕੋਈ ਨਹੀਂ ਵੀ ਆ ਸਕਦਾ ਉਹ ਵੀਡੀਓ ਕਾਲ ਤੇ ਦੋ ਟਾਈਮ ਚਵਾ ਲੇ ਕਿਉਂਕਿ ਵੀਡੀਓ ਕਾਲ ਤੇ ਹਰ ਕੋਈ ਚਵਾ ਹੀ ਸਕਦਾ ਵਾ ਜੇ ਕੋਈ ਵੀਡੀਓ ਕਾਲ ਤੇ ਵੀ ਨਹੀਂ ਚਵਾ ਸਕਦਾ ਉਹ ਆਪਣੀ ਸਮਝਣਾ ਆਪਣੀ ਜ਼ਿੰਮੇਦਾਰੀ ਤੇ ਪਸ਼ੂ ਲਵੇ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।